फगवाड़े दे विच अजिहा मॉल खुलिया है जिथों हर एक चीज़ 13 रुपए की मिलती है। गुरु नानक देव जी के फलसफे के उपर इस मॉल नू खोलिया गया है। छोटे बच्चों दियां किताबां तो लैके कपड़े तक जिहड़े है वह सिर्फ 13 रुपए के ही मिलते हैं। वड्डी गल ये है कि जिन्हां ने यह मॉल खोलिया वह कैनेडा के सिटीजन ने। ये छोटे छोटे बच्चों के कपड़े ने किताबा ने तुसी इत्थे लड़कियां नू सिलाई सिखा रहे हो सिर्फ 13 रुपए दे विच गुरु नानक देव जी दे फलसफे दे उपर चल रहे हो। हाँ जी बिल्कुल, हर समान हर चीज़ जो भी इत्थे दिखेगी तुहानू जो भी पिया इत्थे सब 13-13 रुपए का है। कोई व्हील चेयर है, कोई किसी की जरूरत जो भी समान ने सब 13-13 रुपए। इन्हू तुसी मैनेज किवें करदे हो, कपड़े ਕਿੱਥੋਂ ਲਿਆਉਂਦੇ ਹੋ ਤੁਸੀਂ ਜਾਂ ਕੌਣ ਸੇਵਾ ਕਰ ਰਿਹਾ ਹੈ, ਕਿਵੇਂ ਸਾਰਾ ਕੁਝ ਮੈਨੇਜ ਹੁੰਦਾ? ਜੋ ਵੀ ਇੱਥੇ ਜਿਹੜਾ ਸਮਾਨ ਆਉਂਦਾ ਹੈ, ਜੋ ਕੱਪੜੇ ਨੇ, ਕਿਤਾਬਾਂ ਨੇ, ਜੁੱਤੇ, ਬਰਤਨ ਜੋ ਨੇ, ਉਹ ਸਭ ਲੋਕ ਡੋਨੇਟ ਕਰਕੇ ਜਾਂਦੇ ਨੇ। ਅਤੇ ਇੱਕ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਉਹ ਉਹਨਾਂ ਲੋਕਾਂ ਦੀ ਹੈ। ਮੈਂ ਤਾਂ ਸਿਰਫ ਸੇਵਾਦਾਰ ਹਾਂ, ਮੀਡੀਏਟਰ ਜਿਹਨੂੰ ਕਹਿ ਸਕਦੇ ਹਾਂ ਆਪਾਂ, ਮੈਂ ਸਿਰਫ ਮੀਡੀਏਟਰ ਹਾਂ। ਮਹਿੰਗੀ ਤੋਂ ਮਹਿੰਗੀ ਲੋਕ ਇੱਥੇ ਕਿਤਾਬ ਦੇ ਜਾਂਦੇ ਨੇ, ਜਿਹੜੇ ਕਿ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਜਿਹੜੀ ਮੇਨ ਜ਼ਰੂਰਤ ਹੈ ਉਹ ਪੜ੍ਹਾਈ ਹੈ। ਕਿਉਂਕਿ ਜੇ ਇਨਸਾਨ ਪੜ੍ਹ ਨਾ ਪਾਏ ਤਾਂ ਉਹ ਕਿੱਥੇ ਨਹੀਂ ਪਹੁੰਚ ਸਕਦਾ, ਕਹਿੰਦੇ ਨੇ ਲੋਕ, ਹੈ ਨਾ। ਸੋ ਪੜ੍ਹਾਈ ਨੂੰ ਈਜ਼ੀ ਕਰਨ ਲਈ ਇਹ ਮੌਲ ਖੋਲ੍ਹਿਆ ਗਿਆ। ਮੈਂ ਆਪਣੇ ਮੌਲ ਜਿਹੜਾ ਕੰਮ ਹੈ ਸੋਸ਼ਲ ਵਰਕ ਦਾ, ਉਹ ਮੈਂ ਆਪਣੇ ਘਰੋਂ ਹੀ ਸਟਾਰਟ ਕੀਤਾ ਸੀਗਾ। ਅਤੇ ਘਰੋਂ ਬੱਚਿਆਂ ਨੂੰ ਛੋਟੇ ਵੇਸਟ ਮਟੀਰੀਅਲ ਤੋਂ ਕੁਛ ਨਾ ਕੁਛ ਬਣਾਉਣਾ ਸਿਖਾਉਣਾ, ਜਾਂ ਫਿਰ ਜਿੱਦਾਂ ਦੀਵਾਲੀ ਤੋਂ ਪਹਿਲੇ ਦੀਵੇ ਬਣਦੇ ਸੀਗੇ, ਦੀਵਿਆਂ ਨੂੰ ਪੇਂਟ ਕਰਨਾ, ਫਲਾਵਰ ਪੋਟਸ ਬਣਾਉਣੇ, ਅਤੇ ਫਿਰ ਉਹਨਾਂ ਨੂੰ ਸੇਲ ਕਰਨਾ, ਉਹਨਾਂ ਨੂੰ ਸੇਲ ਕਰਕੇ ਐਗਜੀਬਿਸ਼ਨ ਲਗਾ ਕੇ ਜਿਹੜਾ ਉਹਨਾਂ ਤੋਂ ਪੈਸਾ ਆਉਂਦਾ ਸੀਗਾ ਉਹ ਬੱਚਿਆਂ ਨੂੰ ਉਹਦੇ ਸਕੂਲ ਬੈਗਸ ਔਰ ਸਕੂਲ ਸ਼ੂਜ਼ ਦਿੱਤੇ ਜਾਂਦੇ ਸੀਗੇ। ਅਤੇ ਰਾਈਟ ਨਾਉ ਤਾਂ ਇਹੀ ਹੈ ਕਿ ਲੋਕ ਮੈਨੂੰ ਲੱਭਦੇ ਨੇ, ਮੈਨੂੰ ਫੋਨ ਕਰਦੇ ਨੇ, ਅਪਰੋਚ ਕਰਦੇ ਨੇ। ਮੇਰੇ ਕੋਲ ਟਾਈਮ ਨਹੀਂ ਹੁੰਦਾ ਹੁਣ ਮਿਲਣ ਦਾ, ਕਿਉਂਕਿ ਹੁਣ ਤਾਂ ਹੈਂਡਸ ਇਹ ਛੋੜ ਦਿੱਤਾ ਅਗਲਾ, ਮਤਲਬ ਬੱਚਿਆਂ ਨੂੰ ਸਿਖਾਉਣਾ। ਹੁਣ ਸਿਰਫ ਇੱਥੇ ਬੱਚੇ ਸਿਲਾਈ ਸਿੱਖਣ ਆਉਂਦੇ ਨੇ। ਸਿਲਾਈ 'ਚ ਇਹ ਹੁੰਦਾ, ਬੱਚੇ ਵੇਸਟ ਮਟੀਰੀਅਲ ਤੋਂ ਕੁਛ ਨਾ ਕੁਛ ਬਣਾਉਂਦੇ ਨੇ, ਜਿੱਦਾਂ ਬੈਗਸ ਬਣਾ ਲਿੱਤੇ, ਫੁੱਟਮੈਟਸ ਬਣਾ ਲਿੱਤੇ, ਪਰਸ ਬਣਾ ਲਿੱਤੇ ਵੇਸਟ ਮਟੀਰੀਅਲ ਕੱਪੜੇ ਤੋਂ, ਅਤੇ ਇੱਦਾਂ ਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਬੱਚਿਆਂ ਨੂੰ। ਵਿੱਚ ਕੈਮਿਸਟਰੀਜ਼ ਜਿਵੇਂ ਕਿਤਾਬਾਂ ਹੈ, ਫਿਜ਼ਿਕਸ ਦੀਆਂ ਵੀ ਹੈ, ਚਲੋ ਛੋਟੀਆਂ ਵੀ ਮੈਨੂੰ ਲੱਗ ਰਹੀਆਂ ਨੇ ਕਿ ਹੈਗੀਆਂ, ਫਿਰ ਇੱਥੇ ਡੋਨੇਟ ਤਾਂ ਚਲੋ ਕਰਦੇ ਨੇ, ਪਰ ਲੋਕ ਇੱਥੋਂ ਲੈਣ ਵੀ ਆਉਂਦੇ ਨੇ ਫਿਰ? ਹਾਂਜੀ ਬਿਲਕੁਲ, ਲੋਕ ਇੱਥੋਂ ਦੀ ਤਾਂ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇੱਥੋਂ ਦੀ ਬੁੱਕਸ ਲਿਜਾ ਚੁੱਕੇ ਨੇ ਹੁਣ ਤੱਕ, ਕਿਉਂਕਿ ਇੱਥੇ ਲਾਅ ਦੀਆਂ ਬੁੱਕਸ ਨੇ, ਇੰਜੀਨੀਅਰਿੰਗ ਦੀ ਬੁੱਕਸ ਨੇ, ਕਾਲਜ ਦੀਆਂ, ਮਤਲਬ ਹਰ ਹਾਇਰ ਸਟੱਡੀ ਦੀਆਂ ਬੁੱਕਸ ਨੇ ਇੱਥੇ। ਤੁਸੀਂ ਆ ਬੜੇ ਮੈਨੇਜ ਤਰੀਕੇ ਨਾਲ ਵੀ, ਜਿਵੇਂ ਵਾਕਈ ਮਾਲ 'ਚ ਜਾਂਦੇ ਹਾਂ ਅਸੀਂ, ਹੈਂਗਰ ਦੇਖਦੇ ਹਾਂ, ਸਾਈਜ਼ ਦੇਖਦੇ ਹਾਂ, ਇਹ ਕਨਸੈਪਟ ਫਿਰ ਤੁਸੀਂ ਕਿਵੇਂ, ਮਤਲਬ ਇਹ? ਮੈਂ ਐਕਚੁਅਲ 'ਚ ਇਹ ਕਨਸੈਪਟ ਲੋਕਾਂ ਨੂੰ ਮਾਲ ਵਾਲੀ ਫੀਲਿੰਗ ਕਰਾਉਣ ਲਈ ਖੋਲ੍ਹਿਆ ਹੋਇਆ, ਕਿਉਂਕਿ ਆਪਾਂ ਤਾਂ ਜਦੋਂ ਜਾਈਦਾ ਵੱਡੇ ਵੱਡੇ ਮਾਲਾਂ 'ਚ ਜਾਈਦਾ, ਇੱਕ ਇੱਕ ਚੀਜ਼ ਚੱਕੀਦਾ, ਲਾਈਕ ਇੱਦਾਂ ਪਸੰਦ ਕਰੀਦਾ, ਅਤੇ ਮੈਂ ਚਾਹੁੰਦੀ ਸੀ ਕਿ ਹਰ ਨੀਡੀਜ਼ ਨੂੰ, ਹਰ ਜ਼ਰੂਰਤਮੰਦ ਨੂੰ ਇਹ ਫੈਸਿਲਿਟੀਜ਼ ਮਿਲਣ। ਲੈ ਕੇ ਜਾਂਦੇ ਨੇ ਕੱਪੜੇ ਤਾਂ ਫਿਰ ਦੁਆਵਾਂ ਬਾਕੀ ਦੇ ਕੇ ਜਾਂਦੇ ਨੇ ਫਿਰ? ਮੈਂ ਜਦੋਂ ਇੱਕ ਕੱਪੜਾ ਵੀ ਅਗਰ ਕੋਈ ਲੈ ਕੇ ਜਾਂਦਾ ਹੈ ਤਾਂ ਮੈਂ ਉਹਨੂੰ ਕਹਿੰਦੀ ਹਾਂ ਕਿ ਇੱਕ ਕੱਪੜੇ ਦੇ ਨਾਲ ਮੈਨੂੰ ਇੱਕ ਬਲੈਸਿੰਗ ਜ਼ਰੂਰ ਦਿਆ ਕਰੋ। ਈਵਨ ਉਹਨਾਂ ਲੋਕਾਂ ਨੂੰ ਵੀ ਦੁਆਵਾਂ ਦੇ ਕੇ ਜਾਂਦੇ ਨੇ ਜਿਹੜੇ ਲੋਕ ਇੱਥੇ ਡੋਨੇਟ ਕਰਦੇ ਨੇ, ਜਿਹੜੇ ਲੋਕ ਇੱਥੇ ਡੋਨੇਟ ਕਰਕੇ ਜਾਂਦੇ ਨੇ। ਜਦੋਂ ਇੱਕ ਬੰਦਾ ਕੱਪੜਾ ਕੱਢਦਾ ਹੈ ਅਤੇ ਉਹ ਆਪ ਦੇਖ ਕੇ ਕਹਿੰਦੇ ਆ ਕਿੰਨਾ ਅੱਛਾ ਹੈ, ਕਿੰਨੇ ਅੱਛੇ ਲੋਕ ਹੋਣਗੇ ਜਿਨ੍ਹਾਂ ਨੇ ਦਿਆ, ਮਤਲਬ ਇੰਨੇ ਹੈਪੀ ਹੁੰਦੇ ਨੇ ਕੱਪੜੇ ਲੈ ਕੇ। ਇੱਕ ਪਾਸੇ ਕੈਨੇਡਾ ਦੀ ਲਗਜ਼ਰੀ ਲਾਈਫ ਆ, ਲਗਜ਼ਰੀ ਲਾਈਫ ਤਾਂ ਮੈਂ ਦੇਖ ਰਿਹਾ ਕੱਪੜਿਆਂ ਤੋਂ ਹੀ ਅੰਦਾਜ਼ਾ ਲਾ ਰਿਹਾ ਕਿ ਤੁਸੀਂ ਇੱਥੇ ਵੀ ਪੂਰਾ ਥਾਰ ਬਾਰ ਖੜੀ ਹੈ, ਥਾਰ 'ਚ ਤੁਸੀਂ ਆਉਂਦੇ ਜਾਂਦੇ ਹੋ, ਤਾਂ ਕੁੜਤਾ ਪਜਾਮਾ ਬੜਾ ਸੋਹਣਾ, ਕੋਟ ਬੜਾ ਸੋਹਣਾ ਪਾਇਆ ਤੁਸੀਂ, ਤਾਂ ਫਿਰ ਇੱਥੇ ਵੀ ਉਹੀ ਚੀਜ਼ ਮੇਨਟੇਨ ਰੱਖੀ ਹੋਈ ਹੈ? ਹਾਂਜੀ ਬਿਲਕੁਲ, ਪਰਮਾਤਮਾ ਨੇ ਜਿੱਦਾਂ ਕਹਿੰਦੇ ਨਾ ਰੱਬ ਰੱਖੇ ਉੱਦਾਂ ਰਹਿਣਾ ਪੈਂਦਾ ਹੈਗਾ। ਹੁਣ ਰੱਬ ਨੇ ਮੈਨੂੰ ਰੱਖਿਆ ਹੀ ਇੱਦਾਂ ਇੰਨੇ ਚੰਗੇ ਤਰੀਕੇ ਨਾਲ, ਮੈਂ ਤਾਂ ਸ਼ੁਕਰ ਗੁਜ਼ਾਰ ਹਾਂ ਬਾਰ ਬਾਰ ਬਾਬਾ ਨਾਨਕ ਜੀ ਦੀ। ਚਲਾਉਣਾ ਵੀ ਸ਼ੌਂਕ ਹੈ? ਥਾਰ ਤਾਂ ਫਿਰ ਆਪਣੀ ਜਾਨ ਹੈ, ਥਾਰ ਚਲਾਉਣਾ ਸ਼ੌਂਕ ਹੈ। ਹਾਂਜੀ ਥਾਰ, ਬੁਲਟ, ਇਹ ਚੀਜ਼ਾਂ ਮੇਰੇ ਸ਼ੌਂਕ ਨੇ। ਬੁਲਟ ਵੀ ਚਲਾ ਲੈਣੇ? ਬੱਚੇ ਤਾਂ ਜਾਣ ਆਉਣ ਦਿੰਦੇ ਹੀ ਨਹੀਂ ਹੈ, ਪਰ ਫਿਰ ਵੀ ਮੈਂ ਇੱਥੇ ਜਿਹੜੀ ਰਿਸਪੋਂਸੀਬਿਲਟੀਜ਼ ਨੇ ਮੇਰੀਆਂ, ਜਿੱਥੇ ਇੱਥੇ ਸਟਾਫ ਹੈਗਾ ਰੱਖਿਆ ਹੋਇਆ, ਸਾਰਿਆਂ ਦੀ ਪੇ ਕਰਨੀ ਹੈ, ਮੌਲ ਰੈਂਟ 'ਤੇ ਹੈ, ਫਿਰ ਸਾਰਾ ਕੁਛ ਮੈਨੇਜ ਕਰਨਾ। ਐਕਚੁਅਲ 'ਚ ਦਿਸ ਇਜ਼ ਵੈਰੀ ਹਾਰਡ ਜੋਬ। ਇਨਸਾਨ ਮੈਂ ਨੂੰ ਛੱਡ ਕੇ ਜੇ ਲੋਕਾਂ ਬਾਰੇ ਸੋਚਣ ਲੱਗ ਜਾਵੇ ਤਾਂ ਜ਼ਿੰਦਗੀ ਨੂੰ ਜਿਉਣਾ ਸੌਖਾ ਹੋ ਜਾਂਦਾ ਹੈ। ਫਗਵਾੜੇ ਦੇ ਵਿੱਚ ਅਜਿਹਾ ਮੌਲ ਖੁੱਲ੍ਹਿਆ ਹੈ ਜਿੱਥੋਂ
हर एक चीज़ 13 रुपए की मिलती है गुरु नानक देव जी के फलसफे के उपर इस मॉल में खोलिया गया है। एक कोशिश संस्था के वलों 13-13 मॉल ये बनाया गया जिस दे विच छोटे बच्चों दीयां किताबां तो लैके कपड़े तक जिहड़े है वह सिर्फ 13 रुपए के ही मिलते हैं। वड्डी गल ये है कि जिन्होंने ये मॉल खोलिया वह कैनेडा दे सिटीजन ने, उन्हां दा नाम साउदी सिंह है। बड़ी इंटरेस्टिंग कहानी है, साउदी सिंह मेरे नाल ने सारी इस कहानी बारे जानने की कोशिश करांगे। जिथे पंजाब दे विच होड़ लगी पई है कि असी विदेश जाके सैट होना, उत्थे जाके रहना, पर यह कहिंदे है कि मैं कैनेडा दे विच नहीं रहना बल्कि मैं इत्थे रह के पंजाब रह के लोगों की सेवा करनी है, लोगों के लिए ही जी रहे ने। साउदी सिंह मेरे नाल ने, हालांकि नाम भी बहुत इंटरेस्टिंग है, सारी कहानी जी इन्हां दे कोलों जानने की कोशिश करा। मैं सब तो पहला तो धन्यवाद तुसीं समां दित्ता, थैंक यू सो मच। मैं यही सब तो पहला जानना चाहूँगा कि जिवें मैं आख्या कि पूरे पंजाब च दौड़ लगी पई आ भी असीं कनेडा च जाइए उत्थे सैट होइए, तुसीं तां उत्थों दे सिटीजन हो, तुसीं कैनेडा छड्ड के इंडिया च क्यों रह रहे हो, पंजाब च क्यों रह रहे हो? पंजाब एक तो पसंद बहुत है और कैनेडा च एक ठंड भी बहुत है तो नहीं, पंजाब नाल मैनू बहुत प्यार है, पंजाब दे लोकां नाल मैनू बहुत प्यार है, सो दैट्स वाई मैनूं पंजाब पसंद है, मैं इत्थे रहिंदी हां। ਤੁਹਾਡਾ ਮੌਲ ਦੇਖਿਆ, ਬੜਾ ਸ਼ਾਨਦਾਰ ਮੌਲ ਲੱਗਿਆ ਕਿਉਂਕਿ ਇਹਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਕੱਪੜੇ ਨੇ, ਕਿਤਾਬਾਂ ਨੇ, ਤੁਸੀਂ ਇੱਥੇ ਲੜਕੀਆਂ ਨੂੰ ਸਿਲਾਈ ਸਿਖਾ ਰਹੇ ਹੋ, ਸਿਰਫ 13 ਰੁਪਏ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਉੱਪਰ ਚੱਲ ਰਹੇ ਹੋ? ਹਾਂਜੀ ਬਿਲਕੁਲ, ਹਰ ਸਮਾਨ ਹਰ ਚੀਜ਼ ਜੋ ਵੀ ਇੱਥੇ ਦਿਖੇਗੀ ਤੁਹਾਨੂੰ ਜੋ ਵੀ ਪਿਆ ਇੱਥੇ ਸਭ 13-13 ਰੁਪਏ ਦਾ, ਈਵਨ ਜੋ ਮਹਿੰਗੀ ਤੋਂ ਮਹਿੰਗੀ ਕਿਤਾਬ ਹੈ ਉਹ ਵੀ 13 ਰੁਪਏ ਦੀ ਹੈ, ਜੋ ਕੱਪੜੇ ਨੇ ਉਹ ਵੀ 13 ਰੁਪਏ ਦੇ ਨੇ, ਕੋਈ ਵੀਲ ਚੇਅਰ ਹੈ, ਕੋਈ ਕਿਸੇ ਦੀ ਜ਼ਰੂਰਤ ਦੇ ਜੋ ਵੀ ਸਮਾਨ ਨੇ ਸਭ 13-13 ਰੁਪਏ ਦਾ। 13 ਰੁਪਏ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਉੱਪਰ ਰੱਖਿਆ, ਤਾਂ ਇਹ ਫਿਰ ਤੁਸੀਂ ਮੈਨੇਜ ਕਿਵੇਂ ਕਰਦੇ ਹੋ? ਕਿਉਂਕਿ ਮੈਂ ਕੁਛ ਚੀਜ਼ਾਂ ਦੇਖ ਰਿਹਾ ਕਿ ਕਾਫੀ ਮਹਿੰਗੀਆਂ ਨੇ ਇੱਥੇ, ਕੁਛ ਚੀਜ਼ਾਂ ਚਲੋ ਘੱਟ ਰੇਟ ਵਾਲੀਆਂ ਹੁੰਦੀਆਂ ਨੇ ਘੱਟ ਪਰ ਮਹਿੰਗੇ, ਪਰ 13 ਰੁਪਏ ਦੀ ਤਾਂ ਕੋਈ ਵੀ ਤੁਹਾਡੀ ਕੋਸਟ ਵਾਲੀ ਚੀਜ਼ ਨਹੀਂ ਹੋਊਗੀ, ਫਿਰ ਇਹਨੂੰ ਤੁਸੀਂ ਮੈਨੇਜ ਕਿਵੇਂ ਕਰਦੇ ਹੋ? ਕੱਪੜੇ ਕਿੱਥੋਂ ਲਿਆਉਂਦੇ ਹੋ ਤੁਸੀਂ ਜਾਂ ਕੌਣ ਸੇਵਾ ਕਰ ਰਿਹਾ, ਕਿਵੇਂ ਸਾਰਾ ਕੁਛ ਮੈਨੇਜ ਹੁੰਦਾ? ਮੈਂ ਤਾਂ ਐਕਚੁਅਲ 'ਚ ਬਾਬਾ ਨਾਨਕ ਜੀ ਦੀ ਸੇਵਾਦਾਰ ਹਾਂ, ਜੋ ਕਰਨ ਕਰਾਉਣ ਵਾਲਾ ਉਹ ਤਾਂ ਪਰਮਾਤਮਾ ਹੈ, ਵਾਹਿਗੁਰੂ ਮੇਰਾ ਨਾਨਕ ਬਾਬਾ। ਔਰ ਜੋ ਵੀ ਇੱਥੇ ਜਿਹੜਾ ਸਮਾਨ ਆਉਂਦਾ ਹੈ, ਜੋ ਕੱਪੜੇ ਨੇ, ਕਿਤਾਬਾਂ ਨੇ, ਜੁੱਤੇ ਬਰਤਨ ਜੋ ਨੇ, ਉਹ ਸਭ ਲੋਕ ਡੋਨੇਟ ਕਰਕੇ ਜਾਂਦੇ ਨੇ, ਅਤੇ ਇੱਕ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਉਹ ਉਹਨਾਂ ਲੋਕਾਂ ਦੀ ਹੈ। ਮੈਂ ਤਾਂ ਸਿਰਫ ਸੇਵਾਦਾਰ ਹਾਂ, ਮੀਡੀਏਟਰ ਜਿਹਨੂੰ ਕਹਿ ਸਕਦੇ ਹਾਂ ਆਪਾਂ, ਮੈਂ ਸਿਰਫ ਮੀਡੀਏਟਰ ਹਾਂ। ਅਤੇ ਮਹਿੰਗੀ ਤੋਂ ਮਹਿੰਗੀ ਲੋਕ ਇੱਥੇ ਕਿਤਾਬ ਦੇ ਜਾਂਦੇ ਨੇ, ਜਿਹੜੇ ਕਿ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਜਿਹੜੀ ਮੇਨ ਜ਼ਰੂਰਤ ਹੈ ਉਹ ਪੜ੍ਹਾਈ ਹੈ, ਕਿਉਂਕਿ ਜੇ ਇਨਸਾਨ ਪੜ੍ਹ ਨਾ ਪਾਏ ਤਾਂ ਉਹ ਕਿੱਥੇ ਨਹੀਂ ਪਹੁੰਚ ਸਕਦਾ ਕਹਿੰਦੇ ਨੇ ਲੋਕ, ਹੈ ਨਾ। ਸੋ ਪੜ੍ਹਾਈ ਨੂੰ ਈਜ਼ੀ ਕਰਨ ਲਈ ਇਹ ਮੌਲ ਖੋਲ੍ਹਿਆ ਗਿਆ, ਕਿਉਂਕਿ ਇਹ ਫਿਰ ਸਟਾਰਟਿੰਗ ਕਦੋਂ ਹੁੰਦੀ ਹੈ ਤੁਹਾਡੀ? ਕਿਉਂਕਿ ਮੈਂ ਤਸਵੀਰਾਂ ਦੇਖ ਰਿਹਾ ਕਿ ਤੁਸੀਂ ਆਪਣੇ ਘਰ ਤੋਂ ਛੋਟੇ ਛੋਟੇ ਬੱਚਿਆਂ ਦੇ ਨਾਲ ਸ਼ੁਰੂਆਤ ਕੀਤੀ, ਇਹ ਸਟਾਰਟਿੰਗ ਕਿਹੜੇ ਈਅਰ 'ਚ ਹੁੰਦੀ ਹੈ, ਸ਼ੁਰੂਆਤਾਂ ਕਿਵੇਂ ਹੁੰਦੀਆਂ ਨੇ? ਕਿਉਂਕਿ ਸ਼ੁਰੂ ਦਿਨਾਂ ਦੇ ਵਿੱਚ ਔਖ ਵੀ ਬਹੁਤ ਆਉਂਦੀ ਹੈ, ਕਈ ਦਿੱਕਤਾਂ ਬਹੁਤ ਆਉਂਦੀਆਂ ਨੇ, ਇਹ ਫਿਰ ਸ਼ੁਰੂ ਕਿਵੇਂ ਹੋਇਆ ਜੀ? ਐਕਚੁਅਲੀ ਇਹ ਜਿਹੜਾ ਸੋਸ਼ਲ ਵਰਕ ਹੈ ਉਹ ਮੇਰੇ ਤਾਂ ਬਲੱਡ 'ਚ ਹੈ, ਕਿਉਂਕਿ ਮੇਰੇ ਫਾਦਰ ਇਹ ਸਭ ਕਰਦੇ ਰਹੇ ਨੇ, ਸੋ ਮੇਰੀ ਇੰਸਪੀਰੇਸ਼ਨ ਜਿਹੜੇ ਨੇ ਮੇਰੇ ਫਾਦਰ ਹੀ ਨੇ। ਅਤੇ ਮੈਂ ਆਪਣੇ ਮੌਲ ਜਿਹੜਾ ਕੰਮ ਹੈ ਸੋਸ਼ਲ ਵਰਕ ਦਾ, ਉਹ ਮੈਂ ਆਪਣੇ ਘਰੋਂ ਹੀ ਸਟਾਰਟ ਕੀਤਾ ਸੀਗਾ। ਅਤੇ ਘਰੋਂ ਬੱਚਿਆਂ ਨੂੰ ਛੋਟੇ ਵੇਸਟ ਮਟੀਰੀਅਲ ਤੋਂ ਕੁਛ ਨਾ ਕੁਛ ਬਣਾਉਣਾ ਸਿਖਾਉਣਾ, ਜਾਂ ਫਿਰ ਜਿੱਦਾਂ ਦੀਵਾਲੀ ਤੋਂ ਪਹਿਲੇ ਦੀਵੇ ਬਣਦੇ ਸੀਗੇ, ਦੀਵਿਆਂ ਨੂੰ ਪੇਂਟ ਕਰਨਾ, ਫਲਾਵਰ ਪੋਟਸ ਬਣਾਉਣੇ, ਅਤੇ ਫਿਰ ਉਹਨਾਂ ਨੂੰ ਸੇਲ ਕਰਨਾ, ਉਹਨਾਂ ਨੂੰ ਸੇਲ ਕਰਕੇ ਐਗਜੀਬਿਸ਼ਨ ਲਗਾ ਕੇ ਜਿਹੜਾ ਉਹਨਾਂ ਤੋਂ ਪੈਸਾ ਆਉਂਦਾ ਸੀਗਾ ਉਹ ਬੱਚਿਆਂ ਨੂੰ ਉਹਦੇ ਸਕੂਲ ਬੈਗਸ ਔਰ ਸਕੂਲ ਸ਼ੂਜ਼ ਦਿੱਤੇ ਜਾਂਦੇ ਸੀਗੇ। ਸੋ ਇਸ ਕਰਕੇ ਬੱਚਿਆਂ ਨੂੰ ਕੋਸ਼ਿਸ਼ ਕਰੀਦਾ ਸੀਗਾ ਕਿ ਉਹ ਕੁਛ ਨਾ ਕੁਛ ਉਹਨਾਂ ਦੇ ਹੱਥ 'ਚ ਕੋਈ ਇਲਮ ਹੋਣਾ ਚਾਹੀਦਾ, ਕਹਿੰਦੇ ਨਾ ਕਿ ਅਗਰ ਕਿਸੇ ਦੇ ਹੱਥ 'ਚ ਕੋਈ ਇਲਮ ਹੈ ਤਾਂ ਵੀ ਰੋਟੀ ਖਾ ਸਕਦਾ ਹੈਗਾ। ਸੋ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹੇ ਕਰਨ ਲਈ ਇਹ ਕੰਮ ਸ਼ੁਰੂ ਕੀਤਾ ਗਿਆ। ਫਿਰ ਲੜਕੀਆਂ ਤੁਸੀਂ ਕਿੱਥੋਂ ਲੱਭਦੇ ਸੀਗੇ, ਕੋਈ ਆਂਢ ਗੁਆਂਢ 'ਚ ਹੁੰਦਾ ਸੀ ਕੋਈ, ਤਾਂ ਫਿਰ ਇਹਨਾਂ ਨੂੰ ਤੁਸੀਂ ਐਗਜੀਬਿਸ਼ਨ ਕਿਹੜੀ ਜਗ੍ਹਾ 'ਤੇ ਲਾਉਂਦੇ ਸੀਗੇ, ਫਿਰ ਉਹ ਕਿਵੇਂ ਕਮਾਈ, ਕਿਵੇਂ ਸਾਰਾ ਕੁਛ ਹੁੰਦਾ ਸੀਗਾ? ਐਕਚੁਅਲੀ ਮੈਂ ਨਹੀਂ ਲੱਭਦੀ ਲੋਕਾਂ ਨੂੰ, ਲੋਕ ਮੈਨੂੰ ਲੱਭਦੇ ਨੇ, ਅਤੇ ਰਾਈਟ ਨਾਉ ਤਾਂ ਇਹੀ ਹੈ ਕਿ ਲੋਕ ਮੈਨੂੰ ਲੱਭਦੇ ਨੇ, ਮੈਨੂੰ ਫੋਨ ਕਰਦੇ ਨੇ, ਅਪਰੋਚ ਕਰਦੇ ਨੇ, ਮੇਰੇ ਕੋਲ ਹੀ ਟਾਈਮ ਨਹੀਂ ਹੁੰਦਾ ਹੁਣ ਮਿਲਣ ਦਾ, ਕਿਉਂਕਿ ਹੁਣ ਤਾਂ ਹੈਂਡਸ ਇਹ ਛੋੜ ਦਿੱਤਾ ਅਗਲਾ, ਮਤਲਬ ਬੱਚਿਆਂ ਨੂੰ ਸਿਖਾਉਣਾ, ਹੁਣ ਸਿਰਫ ਇੱਥੇ ਬੱਚੇ ਸਿਲਾਈ ਸਿੱਖਣ ਆਉਂਦੇ ਨੇ। ਸਿਲਾਈ 'ਚ ਇਹ ਹੁੰਦਾ ਬੱਚੇ ਵੇਸਟ ਮਟੀਰੀਅਲ ਤੋਂ ਕੁਛ ਨਾ ਕੁਛ ਬਣਾਉਂਦੇ ਨੇ, ਜਿੱਦਾਂ ਬੈਗਸ ਬਣਾ ਲਿੱਤੇ, ਜਿੱਦਾਂ ਫੁੱਟਮੈਟਸ ਬਣਾ ਲਿੱਤੇ, ਪਰਸ ਬਣਾ ਲਿੱਤੇ ਵੇਸਟ ਮਟੀਰੀਅਲ ਕੱਪੜੇ ਤੋਂ, ਅਤੇ ਇੱਦਾਂ ਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਬੱਚਿਆਂ ਨੂੰ।
ਇੱਥੇ ਮੈਂ ਕਿਤਾਬਾਂ ਦੇਖ ਰਿਹਾ ਵਾਂ ਬੀ ਏ ਦੇ ਵਿੱਚ ਕੈਮਿਸਟਰੀਜ਼ ਦੀਆਂ ਕਿਤਾਬਾਂ ਹੈ, ਫਿਜਿਕਸ ਦੀਆਂ ਵੀ ਹੈ, ਚਲੋ ਛੋਟੀਆਂ ਵੀ ਮੈਨੂੰ ਲੱਗ ਰਹੀਆਂ ਨੇ ਕਿ ਹੈਗੀਆਂ, ਫਿਰ ਇੱਥੇ ਡੋਨੇਟ ਤਾਂ ਚਲੋ ਕਰਦੇ ਨੇ ਪਰ ਲੋਕ ਇੱਥੋਂ ਲੈਣ ਵੀ ਆਉਂਦੇ ਨੇ ਫਿਰ? ਹਾਂਜੀ ਬਿਲਕੁਲ, ਲੋਕ ਇੱਥੋਂ ਦੀ, ਅਤੇ ਮੈਂ ਪਿਛਲੇ ਲਾਸਟ ਇੰਟਰਵਿਊ 'ਚ ਵੀ ਕਿਹਾ ਸੀਗਾ ਕਿ ਲੋਕ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇੱਥੋਂ ਦੀ ਬੁੱਕਸ ਲਿਜਾ ਚੁੱਕੇ ਨੇ ਹੁਣ ਤੱਕ, ਕਿਉਂਕਿ ਇੱਥੇ ਲਾਅ ਦੀਆਂ ਬੁੱਕਸ ਨੇ, ਇੰਜੀਨੀਅਰਿੰਗ ਦੀ ਬੁੱਕਸ ਨੇ, ਕਾਲਜ ਦੀਆਂ, ਮਤਲਬ ਹਰ ਹਾਇਰ ਸਟੱਡੀ ਦੀਆਂ ਬੁੱਕਸ ਨੇ ਇੱਥੇ। ਰੀਸੈਂਟਲੀ ਇੱਕ ਫੋਨ ਆਇਆ ਪਟਿਆਲੇ ਤੋਂ, ਉਹਨਾਂ ਕਹਿੰਦੇ ਕਿ ਸਾਡੇ ਕੋਲ ਬੁੱਕਸ ਪਈਆਂ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਇੰਜੀਨੀਅਰਿੰਗ ਦੀਆਂ, ਅਤੇ ਉਹ ਆਪਾਂ ਡੋਨੇਟ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਆਉਣ ਦਾ ਸਾਧਨ ਨਹੀਂ ਹੈ, ਅਤੇ ਹੁਣ ਦੇਖੋ ਆਪਾਂ ਉਹ ਕਿੱਦਾਂ ਮੰਗਾਉਂਦੇ ਹਾਂ। ਬਸ ਕੋਸ਼ਿਸ਼ ਕਰਦੇ ਰਹੀਦਾ ਕਿ ਕਿਸੇ ਨੂੰ ਕੋਈ ਚੀਜ਼ ਤੋਂ ਵਾਂਝਾ ਨਾ ਰਹੇ, ਹਰ ਚੀਜ਼ ਉਹਨਾਂ ਨੂੰ ਮਿਲਣੀ ਕੋਸ਼ਿਸ਼ ਕਰੀਦਾ ਕਿ ਮਿਲ ਜਾਏ ਜਿਸ ਤਰੀਕੇ ਨਾਲ ਮਰਜ਼ੀ। ਦੇਖ ਰਿਹਾ ਵੀ ਚਲੋ ਇੱਥੇ ਲੋੜਵੰਦ ਹੀ ਤੁਹਾਡੇ ਮੌਲ ਦੇ ਵਿੱਚ ਆਉਂਦਾ ਹੋਊਗਾ, ਤਾਂ ਫਿਰ ਉਹਨਾਂ ਨੂੰ ਮਿਲ ਕੇ ਜਾਂ ਉਹ ਜਦੋਂ ਅਸੀਸਾਂ ਦਿੰਦੇ ਨੇ ਸਾਊਦੀ ਨੂੰ, ਤਾਂ ਫਿਰ ਉਹ ਕਿਵੇਂ ਲੱਗਦਾ? ਉਹ ਫਿਰ ਚੀਜ਼ਾਂ ਭੁੱਲ ਜਾਂਦੀਆਂ ਨੇ ਸਾਰੀ, ਕਿਉਂਕਿ ਲਗਜ਼ਰੀ ਲਾਈਫ ਤੁਸੀਂ ਛੱਡ ਕੇ ਇਹ ਸਭ ਕੁਛ ਕਰ ਰਹੇ ਹੋ। ਐਕਚੁਅਲ 'ਚ ਆਹ ਮੌਲ, ਇਹ ਸੇਵਾ ਖੋਲ੍ਹੀ ਇਸੀ ਕਰਕੇ ਗਈ ਹੈ ਕਿਉਂਕਿ ਮੈਨੂੰ ਬਲੈਸਿੰਗਸ ਦੀ ਬਹੁਤ ਲੋੜ ਵੀ ਹੈ, ਔਰ ਬਲੈਸਿੰਗਸ ਜਿਹੜੀਆਂ ਉਹ ਤੁਹਾਨੂੰ ਪਤਾ ਹੋਏਗਾ ਕਿ ਬਲੈਸਿੰਗਸ ਦੀ ਕਿੰਨੀ ਵੈਲਿਊ ਹੈ। ਮੈਂ ਜਦੋਂ ਇੱਕ ਕੱਪੜਾ ਵੀ ਅਗਰ ਕੋਈ ਲੈ ਕੇ ਜਾਂਦਾ ਹੈ ਤਾਂ ਮੈਂ ਉਹਨੂੰ ਕਹਿੰਦੀ ਹਾਂ ਕਿ ਇੱਕ ਕੱਪੜੇ ਦੇ ਨਾਲ ਮੈਨੂੰ ਇੱਕ ਬਲੈਸਿੰਗ ਜ਼ਰੂਰ ਦਿਆ ਕਰੋ। ਸੋ ਜੋ ਕਿ ਮੈਂ ਐਕਚੁਅਲੀ ਆਮ ਆ ਸਿੰਗਲ ਪੇਰੈਂਟ ਮੈਂ, ਅਤੇ ਸੋ ਅੱਜ ਦੀ ਡੇਟ 'ਚ ਬੱਚੇ ਇੰਨੇ ਕੁ ਸਟੈਂਡ ਨੇ, ਇੰਨੇ ਕੁ ਟੱਚਵੁੱਡ ਪਰਮਾਤਮਾ ਦਾ ਮੈਂ ਸ਼ੁਕਰ ਗੁਜ਼ਾਰ ਕਰਦੀ ਹਾਂ ਵਾਹਿਗੁਰੂ ਜੀ ਦਾ, ਕਿ ਬੜਾ ਔਖਾ ਹੁੰਦਾ ਬੱਚਿਆਂ ਨੂੰ ਇੱਦਾਂ ਸੈਟਲ ਕਰਨਾ, ਅਤੇ ਜਿਹੜੀਆਂ ਦੁਆਵਾਂ ਨੇ ਉਹੀ ਕੰਮ ਆਉਂਦੀਆਂ ਨੇ, ਅਤੇ ਮੈਨੂੰ ਬਹੁਤ ਦੁਆਵਾਂ ਲੱਗੀਆਂ ਹੋਈਆਂ, ਮੈਂ ਸ਼ੁਕਰ ਗੁਜ਼ਾਰ ਹਾਂ ਰੱਬ ਦੀ। ਲੱਗਦਾ ਕਿ ਸਾਊਦੀ ਨੂੰ ਦੁਆਵਾਂ ਲੱਗੀਆਂ ਨੇ ਤਾਂ ਹੀ ਬੱਚੇ ਵਧੀਆ ਸੈਟਲ ਨੇ। ਬਹੁਤ ਜ਼ਿਆਦਾ ਬੜੀ ਮਿਹਰ ਹੈ ਬੱਚਿਆਂ ਉੱਤੇ ਵੀ, ਮੇਰੇ ਉੱਤੇ ਵੀ ਬੜੀ ਕਿਰਪਾ ਹੈ ਰੱਬ ਦੀ ਵਾਹਿਗੁਰੂ ਜੀ ਦੀ, ਅਤੇ ਬਾਰ ਬਾਰ ਲੋਕਾਂ ਨੂੰ ਇਹੀ ਕਹਾਂਗੀ, ਈਵਨ ਉਹਨਾਂ ਲੋਕਾਂ ਨੂੰ ਵੀ ਦੁਆਵਾਂ ਦੇ ਕੇ ਜਾਂਦੇ ਨੇ ਜਿਹੜੇ ਲੋਕ ਇੱਥੇ ਡੋਨੇਟ ਕਰਦੇ ਨੇ, ਜਿਹੜੇ ਲੋਕ ਇੱਥੇ ਡੋਨੇਟ ਕਰਕੇ ਜਾਂਦੇ, ਜਦੋਂ ਇੱਕ ਬੰਦਾ ਕੱਪੜਾ ਕੱਢਦਾ ਹੈ ਅਤੇ ਉਹ ਆਪ ਦੇਖ ਕੇ ਕਹਿੰਦੇ ਆ ਕਿਤਨਾ ਅੱਛਾ ਹੈ, ਕਿਤਨੇ ਅੱਛੇ ਲੋਕ ਹੋਣਗੇ ਜਿਨ੍ਹਾਂ ਨੇ ਦਿਆ, ਮਤਲਬ ਇੰਨੇ ਹੈਪੀ ਹੁੰਦੇ ਨੇ ਕੱਪੜੇ ਲੈ ਕੇ, ਅਤੇ ਡੈਫੀਨੇਟਲੀ ਉਹਨਾਂ ਨੂੰ ਦੁਆਵਾਂ ਪਹੁੰਚ ਹੀ ਜਾਂਦੀਆਂ ਨੇ। ਇਸ ਮੌਲ ਦੇ ਵਿੱਚ ਵੱਖਰਾ ਜੋ ਮੈਨੂੰ ਲੱਗਿਆ, ਮੈਂ ਆਪਣੇ ਪਰਸਨਲ ਤੌਰ 'ਤੇ ਦੱਸਾਂ ਕਿ ਜੇ ਮੈਂ ਕਈ ਹੋਰ ਵੀ ਸੰਸਥਾਵਾਂ ਦਾ ਦੇਖਿਆ, ਉਹਨਾਂ ਨੇ ਕੀ ਕੀਤਾ ਹੁੰਦਾ, ਨੁੱਕਰ 'ਤੇ ਢੇਰੀਆਂ ਲਾਈਆਂ ਨੇ, ਉੱਥੇ ਤੁਸੀਂ ਜਾਓ ਲੱਭੋ ਚੀਜ਼, ਜੇ ਪਸੰਦ ਆਉਂਦੀ ਹੈ ਤਾਂ ਤੁਸੀਂ ਉਹ ਲੈ ਜਾਓ। ਪਰ ਤੁਸੀਂ ਆ ਬੜੇ ਮੈਨੇਜ ਤਰੀਕੇ ਨਾਲ ਵੀ, ਜਿਵੇਂ ਵਾਕਈ ਮੌਲ 'ਚ ਜਾਂਦੇ ਹਾਂ ਅਸੀਂ, ਹੈਂਗਰ ਦੇਖਦੇ ਹਾਂ, ਸਾਈਜ਼ ਦੇਖਦੇ ਹਾਂ, ਇਹ ਕਨਸੈਪਟ ਫਿਰ ਤੁਸੀਂ ਕਿਵੇਂ, ਮਤਲਬ ਇਹ ਮੈਂ ਐਕਚੁਅਲ 'ਚ ਇਹ ਕਨਸੈਪਟ ਲੋਕਾਂ ਨੂੰ ਮੌਲ ਵਾਲੀ ਫੀਲਿੰਗ ਕਰਾਉਣ ਲਈ ਖੋਲ੍ਹਿਆ ਹੋਇਆ, ਕਿਉਂਕਿ ਆਪਾਂ ਤਾਂ ਜਦੋਂ ਜਾਈਦਾ ਵੱਡੇ ਵੱਡੇ ਮੌਲਾਂ 'ਚ ਜਾਈਦਾ, ਇੱਕ ਇੱਕ ਚੀਜ਼ ਚੱਕੀਦਾ, ਲਾਈਕ ਇੱਦਾਂ ਪਸੰਦ ਕਰੀਦਾ, ਅਤੇ ਮੈਂ ਚਾਹੁੰਦੀ ਸੀਗੀ ਕਿ ਹਰ ਨੀਡੀਜ਼ ਨੂੰ, ਹਰ ਜ਼ਰੂਰਤਮੰਦ ਨੂੰ ਇਹ ਫੈਸਿਲਿਟੀਜ਼ ਮਿਲਣ, ਪਰ ਮਿਲਣੀ ਕਿੱਦਾਂ, ਅਤੇ ਮਿਲਣ ਦਾ ਮੈਨੂੰ ਇੱਕ ਇਹੀ ਵੇ ਵਧੀਆ ਲੱਗਿਆ, ਇੱਕ ਇਹੀ ਰਸਤਾ ਅੱਛਾ ਲੱਗਿਆ। ਸੋ ਮੈਂ ਉਹੀ ਤਰੀਕਾ ਹੈ ਕਿ ਦੇਖੋ ਆਪਾਂ ਮੌਲ 'ਚੋਂ ਕੱਪੜੇ ਇੱਦਾਂ ਚੱਕਦੇ ਹਾਂ, ਕੱਪੜੇ ਟੰਗਦੇ ਹਾਂ, ਲਾਈਕ ਬੜੀ ਖੁਸ਼ੀ। ਔਰ ਲੋਕ ਛੋਟੇ ਛੋਟੇ ਬੱਚੇ ਇੱਥੇ ਸ਼ੋਪਿੰਗ ਕਰਨ ਆਉਂਦੇ ਨੇ ਜੀ, ਛੋਟੇ ਛੋਟੇ ਬੱਚੇ ਇੱਥੇ ਸ਼ੋਪਿੰਗ ਕਰਨ ਆਉਂਦੇ ਆ ਔਰ ਬੜੇ ਖੁਸ਼ ਹੁੰਦੇ ਆ, ਔਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਗਲਤ ਚੀਜ਼ਾਂ ਨਹੀਂ ਆਪਣੇ ਖਾਣੀ, ਕੋਈ ਗੁਟਕਾ ਔਰ ਇਹ ਕੋਈ ਗਲਤ ਚੀਜ਼ ਕੁਰਕੁਰੇ ਸ਼ੁਰਕੁਰੇ ਨਾ ਖਾਓ, ਆਪ ਆ ਕੇ ਯਹਾਂ ਪਰ ਸ਼ੋਪਿੰਗ ਕਰੋ। ਬੱਚੇ ਈਵਨ ਦਿਵਾਲੀ 'ਤੇ ਔਰ ਆਪਣੇ ਰੱਖੜੀ 'ਤੇ ਇੱਥੇ ਆ ਕੇ ਆਪਣੀ ਭੈਣਾਂ ਲਈ ਆਪਣੇ ਘਰਦਿਆਂ ਲਈ ਕੱਪੜੇ ਖਰੀਦ ਕੇ ਲੈ ਕੇ ਜਾਂਦੇ ਆ ਜੀ। ਜਦੋਂ ਇੱਥੋਂ ਲੈ ਕੇ ਜਾਂਦੇ ਨੇ ਕੱਪੜੇ ਤਾਂ ਉਹ ਫਿਰ ਦੁਆਵਾਂ ਵਾਕਈ ਦੇ ਕੇ ਜਾਂਦੇ ਨੇ ਫਿਰ? ਉਹ ਤਾਂ ਫਿਰ ਹੁਣ ਤੁਸੀਂ ਆਪ ਹੀ ਸਮਝਦਾਰ ਹੋ ਕਿੰਨੀਆਂ ਕੁ ਦੁਆਵਾਂ ਮੈਂ ਕਿੰਨੀਆਂ ਗੇਨ ਕਰਦੀ, ਕਿੰਨੀ ਮਤਲਬ ਕਿ ਖੁਸ਼ੀ ਹੁੰਦੀ ਮੈਨੂੰ। ਮੈਂ ਜ਼ਿੰਦਗੀ ਦਾ ਨਿਚੋੜ ਜੇ ਤੁਹਾਨੂੰ ਪੁੱਛਾਂ ਕਿ ਇੱਕ ਪਾਸੇ ਕੈਨੇਡਾ ਦੀ ਲਗਜ਼ਰੀ ਲਾਈਫ ਆ, ਲਗਜ਼ਰੀ ਲਾਈਫ ਤਾਂ ਮੈਂ ਦੇਖ ਰਿਹਾ ਕੱਪੜਿਆਂ ਤੋਂ ਹੀ ਅੰਦਾਜ਼ਾ ਲਾ ਰਿਹਾ ਕਿ ਤੁਸੀਂ ਇੱਥੇ ਵੀ ਪੂਰਾ ਥਾਰ ਬਾਰ ਖੜੀ ਹੈ, ਥਾਰ 'ਚ ਤੁਸੀਂ ਆਉਂਦੇ ਜਾਂਦੇ ਹੋ, ਤਾਂ ਕੁੜਤਾ ਪਜਾਮਾ ਬੜਾ ਸੋਹਣਾ, ਕੋਟ ਬੜਾ ਸੋਹਣਾ ਪਾਇਆ ਤੁਸੀਂ, ਤਾਂ ਫਿਰ ਇੱਥੇ ਵੀ ਉਹੀ ਚੀਜ਼ ਮੇਨਟੇਨ ਰੱਖੀ ਹੋਈ ਹੈ? ਹਾਂਜੀ ਬਿਲਕੁਲ, ਪਰਮਾਤਮਾ ਨੇ ਜਿੱਦਾਂ ਕਹਿੰਦੇ ਨਾ ਰੱਬ ਰੱਖੇ ਉੱਦਾਂ ਰਹਿਣਾ ਪੈਂਦਾ ਹੈਗਾ, ਹੁਣ ਰੱਬ ਨੇ ਮੈਨੂੰ ਰੱਖਿਆ ਹੀ ਇੱਦਾਂ ਇੰਨੇ ਚੰਗੇ ਤਰੀਕੇ ਨਾਲ, ਮੈਂ ਤਾਂ ਸ਼ੁਕਰ ਗੁਜ਼ਾਰ ਹਾਂ ਬਾਰ ਬਾਰ ਬਾਬਾ ਨਾਨਕ ਜੀ ਦੀ। ਮੈਨੂੰ ਕਹਾਣੀ ਵੀ ਦੱਸ ਰਹੇ ਸੀਗੇ ਕੈਨੇਡਾ ਦੀ ਕਿ ਤੁਹਾਨੂੰ ਇੱਥੇ ਸਨਮਾਨਿਤ ਕੀਤਾ ਗਿਆ, ਤੁਹਾਨੂੰ ਕਿ ਜੋ ਇੱਥੇ ਤੁਸੀਂ ਕਰ ਰਹੇ ਹੋ ਕਹਿੰਦੇ ਵੀ ਤੁਸੀਂ ਕੈਨੇਡਾ ਵਿੱਚ ਵੀ ਆ ਕੇ ਕਰੋ, ਤੁਸੀਂ ਉਹ ਜ਼ਰੂਰ ਮੈਂ ਕਹੂੰਗਾ ਲੋਕਾਂ ਨਾਲ ਤੁਸੀਂ ਸ਼ੇਅਰ ਕਰੋ। ਹਾਂਜੀ ਮੈਨੂੰ ਕੈਨੇਡਾ ਦੇ ਕੈਲਗਰੀ ਦੇ MLA ਸਾਹਿਬ ਨੇ ਔਰ MP ਸਾਹਿਬ ਨੇ ਮੈਨੂੰ ਅਵਾਰਡ ਦਿੱਤਾ, ਉਹਨਾਂ ਨੇ ਮੈਨੂੰ ਤੁਸੀਂ ਦੇਖ ਸਕਦੇ ਹਾਂ, ਅਤੇ ਹੋਰ ਇੱਕ ਸ਼ੀਲਡ ਹੈ ਬੜੀ ਅੱਛੀ ਜਿਹੜੀ ਕਿ ਮੈਂ ਮੈਂਸ਼ਨ ਵੀ ਕੀਤੀ ਹੋਈ ਆਪਣੇ ਫੇਸਬੁੱਕ 'ਤੇ, ਅਤੇ ਉਹਨਾਂ ਨੇ ਮੈਨੂੰ ਮੇਰੇ ਅੱਛੇ ਕੰਮਾਂ ਲਈ ਮੈਨੂੰ ਅਵਾਰਡ ਦਿੱਤਾ। ਔਰ ਫਿਰ ਉਹਨਾਂ ਨੇ ਕਿਹਾ ਵੀ ਹੈ ਕਿ ਤੁਸੀਂ ਇੱਥੇ ਵੀ ਕੈਲਗਰੀ 'ਚ ਕੈਨੇਡਾ 'ਚ ਆ ਕੇ 13-13 ਮੌਲ ਖੋਲ੍ਹੋ, ਜਿੱਦਾਂ ਅਗਰ ਕੋਈ ਫਰਨੀਚਰ ਵਗੈਰਾ ਉਹਨੂੰ ਵੀ 13-13 ਡੋਲਰ 'ਚ ਜਾਂ 13-13 ਸੈਂਡ 'ਚ ਤੁਸੀਂ ਉਹਨੂੰ ਡੋਨੇਟ ਕਰੋ। ਸੋ ਇਹ ਬੜਾ
ਭਾਰੀ ਕੰਮ ਹੈ ਬੜਾ ਮਤਲਬ ਕਿ ਮੈਂ ਕੋਸ਼ਿਸ਼ ਕਰਦੀ ਪਈ ਹਾਂ ਕਿ ਇੱਥੇ ਦੀ ਸੇਵਾ ਹੀ ਮੈਂ ਕੰਪਲੀਟ ਕਰ ਲਾਂ ਕਿਸੇ ਤਰੀਕੇ ਉਹਨਾਂ ਨੂੰ ਕੀ ਕਿਹਾ ਹੋਊਗਾ ਵੀ ਇੱਥੇ ਠੰਡ ਬਹੁਤ ਹੈ ਜੀ ਮੈਂ ਕਿਹਾ ਕੈਨੇਡਾ ਠੰਡ ਬਹੁਤ ਹੈ ਮੈਂ ਨਹੀਂ ਆ ਸਕਦੀ ਹੋਰ ਗੱਲ ਜਿਵੇਂ ਬੱਚੇ ਉੱਥੇ ਨੇ ਫੈਮਿਲੀ ਸਾਰੀ ਉੱਥੇ ਹੈ ਤੁਸੀਂ ਇੱਥੇ ਜ਼ਿਆਦਾ ਚਿਰ ਇੱਥੇ ਰਹਿੰਦੇ ਹੋ ਉੱਥੇ ਤੁਸੀਂ ਗੇੜਾ ਹੀ ਮਾਰਨ ਜਾਂਦੇ ਹੋ ਤਾਂ ਫਿਰ ਬੱਚੇ ਕਹਿੰਦੇ ਨੇ ਕਿ ਮਾਂ ਤੁਸੀਂ ਇੱਥੇ ਰਹੋ ਸਾਡੇ ਕੋਲ ਰਹੋ ਉੱਥੇ ਦਬਾਅ ਨਹੀਂ ਬਣਾਉਂਦਾ ਬਣਾਉਂਦੇ ਫਿਰ ਨਹੀਂ ਸੀ ਲਾਸਟ ਟਾਈਮ 4-5 ਮਹੀਨੇ ਮੈਂ ਕੱਟ ਕੇ ਆਈ ਸੀਗੀ ਅਤੇ ਮੈਂ ਮਤਲਬ ਕਿ ਬੱਚੇ ਤਾਂ ਜਾ ਆਉਣ ਦਿੰਦੇ ਹੀ ਨਹੀਂ ਹੈ ਪਰ ਫਿਰ ਵੀ ਮੈਂ ਇੱਥੇ ਜਿਹੜੀ ਰਿਸਪੋਂਸੀਬਿਲਟੀਜ਼ ਨੇ ਮੇਰੀਆਂ ਜਿੱਥੇ ਇੱਥੇ ਸਟਾਫ ਹੈਗਾ ਰੱਖਿਆ ਹੋਇਆ ਸਾਰਿਆਂ ਦੀ ਪੇ ਕਰਨੀ ਹੈ ਮੋਲ ਰੈਂਟ 'ਤੇ ਹੈ ਫਿਰ ਸਾਰਾ ਕੁਛ ਮੈਨੇਜ ਕਰਨਾ ਐਕਚੁਅਲ 'ਚ ਦਿਸ ਇਜ਼ ਵੈਰੀ ਹਾਰਡ ਜੋਬ ਲੋਕ ਕਹਿੰਦੇ ਨੇ ਕਿ ਵੀ ਇਹ ਸੋਸ਼ਲ ਵਰਕ ਕਰਦੀ ਹੈ ਪਰ ਇਹ ਬਹੁਤ ਹਾਰਡ ਹੈ ਜਿੱਦਾਂ ਇਹਨੂੰ ਮੈਨੇਜ ਕਰਨਾ ਜਿੱਦਾਂ ਸਟਾਫ ਵਿੱਚ ਵੀ ਕੁੜੀਆਂ ਰੱਖੀਆਂ ਹੋਈਆਂ ਆਪਣਾ ਅਤੇ ਕੁੜੀਆਂ ਦਾ ਵੀ ਧਿਆਨ ਰੱਖਣਾ ਆਹ ਸਾਰੀ ਚੀਜ਼ਾਂ ਮੇਰੀ ਰਿਸਪੋਂਸੀਬਿਲਟੀ ਹੈ ਇਹਦੇ ਨਾਲ ਮੈਂ ਹੋਰ ਐਡ ਕਰ ਦਿੰਦਾ ਕਈ ਵਾਰੀ ਲੋਕ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਨੇ ਵੀ ਇਹ ਲੜਕੀ ਕੈਨੇਡਾ ਤੋਂ ਇੱਥੇ ਰਹਿ ਰਹੀ ਹੈ ਇੱਥੇ ਸਭ ਕੁਛ ਚਲਾ ਰਹੀ ਹੈ ਇਹ ਇਹੋ ਜਿਹਾ ਹੁੰਦਾ ਸਾਊਦੀ ਨਾਲ ਨਹੀਂ ਮੈਨੂੰ ਨਹੀਂ ਲੱਗਦਾ ਇੱਦਾਂ ਕੁਛ ਹੁੰਦਾ ਹੈ ਮੈਨੂੰ ਲੱਗਦਾ ਹੀ ਨਹੀਂ ਕਿ ਲੋਕ ਮੇਰੇ ਬਾਰੇ ਕੁਛ ਕਹਿੰਦੇ ਹੈ ਤਾਰੀਫਾਂ ਹੀ ਕਰਦੇ ਨੇ ਮੈਂ ਤਾਂ ਤਾਰੀਫਾਂ ਹੀ ਸੁਣਦੀ ਹਾਂ ਆਪਣੀ ਤਾਂ ਹੀ ਤਾਂ ਮੈਂ ਖੁਸ਼ ਰਹਿੰਦੀ ਹਾਂ ਪੋਜ਼ਿਟਿਵ ਹੋਣਾ ਤੁਸੀਂ ਤਾਂ ਪੋਜ਼ਿਟਿਵ ਚੀਜ਼ਾਂ ਨੂੰ ਗ੍ਰੈਬ ਕਰਦੇ ਹੋ ਨੈਗੇਟਿਵ ਛੱਡ ਦਿੰਦੇ ਮੈਨੂੰ ਲੱਗਦਾ ਹੀ ਨਹੀਂ ਕੋਈ ਮੇਰੇ ਬਾਰੇ ਬੁਰਾ ਕਹਿੰਦਾ ਹੋਣਾ ਮੇਰੇ ਮੂੰਹ ਤੇ ਕਦੀ ਕਿਸੇ ਨੇ ਕਿਹਾ ਨਹੀਂ ਅਗਰ ਕਹਿੰਦੇ ਵੀ ਹੋਣਗੇ ਤਾਂ ਇਟਸ ਓਕੇ ਰੱਬ ਦੇਖਦਾ ਹੈ ਕੋਈ ਗੱਲ ਨਹੀਂ ਅੱਛਾ ਮੈਂ ਇੱਕ ਜ਼ਰੂਰ ਮੇਰਾ ਪਰਸਨਲ ਸਵਾਲ ਆ ਕਿ ਸਾਊਦੀ ਸਿੰਘ ਤੁਹਾਡਾ ਨਾਮ ਹੈ ਇਹ ਨਾਮ ਮੈਂ ਕਦੀ ਨਹੀਂ ਕਿਤੇ ਸੁਣਿਆ ਦੇਸ਼ ਦਾ ਜ਼ਰੂਰ ਮੈਂ ਨਾਮ ਸੁਣਿਆ ਹੈ ਇਹ ਸਾਊਦੀ ਸਿੰਘ ਨਾਮ ਕਿਹਨੇ ਰੱਖਿਆ ਇਹਦੇ ਪਿੱਛੇ ਕੀ ਕਹਾਣੀ ਹੈ ਐਕਚੁਅਲੀ ਸਾਊਦੀ ਨੇਮ ਬਾਕੀ ਕੰਟਰੀ ਦੇ ਨਾਮ ਤੋਂ ਹੈ ਮੇਰੇ ਪਾਪਾ ਸਾਊਦੀ ਅਰਬ 'ਚ ਕੰਮ ਕਰਦੇ ਸੀਗੇ ਸੋ ਕਹਿੰਦੇ ਸੀਗੇ ਕਿ ਸਾਊਦ ਅਗਰ ਬੇਟਾ ਹੋਇਆ ਉਹਦਾ ਨਾਮ ਅਰਬ ਰੱਖਾਂਗੇ ਬੇਟੀ ਹੋਈ ਤਾਂ ਸਾਊਦੀ ਰੱਖਾਂਗੇ ਤਾਂ ਫਿਰ ਸਾਊਦੀ ਪੈਦਾ ਹੋ ਗਈ ਕੁੜੀ ਅਤੇ ਉਹਨਾਂ ਨੇ ਮੇਰਾ ਨਾਮ ਸਾਊਦੀ ਰੱਖ ਦਿੱਤਾ ਅਤੇ ਫਿਰ ਉਸ ਤੋਂ ਬਾਅਦ ਜਦੋਂ ਹੁਣ ਮੇਰੇ ਬੇਟਾ ਹੈ ਅਤੇ ਮੈਂ ਆਪਣਾ ਨਾਮ ਕੰਪਲੀਟ ਕੀਤਾ ਸਾਊਦੀ ਅਰਬ ਮੈਂ ਉਹਦਾ ਨਾਮ ਅਰਬ ਰੱਖਿਆ ਹੋਇਆ ਤੁਸੀਂ ਆਪਣੇ ਬੇਟੇ ਦਾ ਨਾਮ ਅਰਬ ਰੱਖਦਾ ਮਤਲਬ ਤੁਸੀਂ ਆਪਣੇ ਪਿਤਾ ਦਾ ਜਿਹੜਾ ਉਹ ਖੁਆਬ ਸੀਗਾ ਸਪਨਾ ਪਰ ਉਹਨਾਂ ਨੇ ਆਪਣੇ ਬੇਟੇ ਦਾ ਨਾਮ ਅਰਬ ਨਹੀਂ ਰੱਖਿਆ ਹੁਣ ਉਦੋਂ ਇੰਡੀਆ ਆ ਚੁੱਕੇ ਸੀਗੇ ਇੰਡੀਆ ਆ ਗਏ ਸੀ ਅੱਛਾ ਤੁਹਾਡੇ ਬ੍ਰਦਰ ਦਾ ਨਾਮ ਫਿਰ ਕੀ ਹੈ ਨਾ ਇੰਡੀਅਨ ਨੇਮ ਹੀ ਰੱਖਿਆ ਉਹਦਾ ਰਾਮ ਸ਼੍ਰੀ ਰਾਮ ਬੜਾ ਹੈਰਾਨਗੀ ਹੁੰਦੀ ਹੈ ਕਿ ਬਈ ਉਹ ਮੇਰੇ ਬੱਚੇ ਪੁੱਛਣਗੇ ਨਾਨਾ ਜੀ ਨੂੰ ਕਿ ਨਾਨਾ ਜੀ ਬਈ ਆਪ ਉਤਨੇ ਪੁਰਾਣੇ ਟਾਈਮ ਮੈਂ ਆਪਣੇ ਮੰਮੀ ਕਾ ਨਾਮ ਇਤਨਾ ਯੂਨੀਕ ਇਤਨਾ ਬੜੀਆ ਕੈਸੇ ਰੱਖ ਲਿਆ ਤੋ ਫਿਰ ਬੜੇ ਇੰਪ੍ਰੈਸ ਹੁੰਦੇ ਬੱਚੇ ਵੀ ਮੇਰੇ ਨਾਮ ਤੋਂ ਸਾਊਦੀ ਸਿੰਘ ਆ ਫਿਰ ਸ਼ੌਂਕ ਵੀ ਫਿਰ ਤੁਹਾਡੇ ਸਿੰਘਾਂ ਵਾਲੇ ਕਿ ਤੁਸੀਂ ਕੁੜਤਾ ਪਜਾਮਾ ਪਾਉਂਦੇ ਹੋ ਮੈਂ ਅੱਗੇ ਵੀ ਇੱਕ ਵੀਡੀਓ ਦੇਖੀ ਉਹਦੇ ਵਿੱਚ ਤੁਸੀਂ ਕਾਲਾ ਕੁੜਤਾ ਪਜਾਮਾ ਪਾਇਆ ਸੀਗਾ ਤਾਂ ਫਿਰ ਇਹ ਕੁੜਤਾ ਪਜਾਮਾ ਸ਼ੌਂਕ ਹੈ ਫਿਰ ਪਾਉਣਾ ਹਾਂ ਆਈ ਲਾਈਕ ਕੁੜਤਾ ਪਜਾਮਾ ਮੇਰੇ ਕੋਲ ਹਰ ਕਲਰ ਦੇ ਕੁੜਤਾ ਪਜਾਮਾਸ ਨੇ ਔਰ ਮੈਨੂੰ ਮਤਲਬ ਕਿ ਹਮੇਸ਼ਾ ਐਕਚੁਅਲ 'ਚ ਵਾਈਟ ਕਲਰ ਵੀ ਬਹੁਤ ਪਸੰਦ ਹੈ ਤਾਂ ਕਿ ਕੋਈ ਦਾਗ ਨਾ ਲੱਗੇ ਜ਼ਿੰਦਗੀ 'ਚ ਅਤੇ ਇਹਨੂੰ ਸੰਭਾਲ ਕੇ ਰੱਖੀਦਾ ਵਾਈਟ ਕਾਲਰ ਰਹੀਦਾ ਆਲਵੇਜ਼ ਬਸ ਇਹੀ ਹੈ ਜ਼ਿੰਦਗੀ ਦੇ ਅੱਛੇ ਅੱਛੇ ਕੰਮ ਸ਼ੌਂਕ ਨੇ ਥਾਰ ਚਲਾਉਣਾ ਵੀ ਸ਼ੌਂਕ ਹੈ ਥਾਰ ਤਾਂ ਫਿਰ ਆਪਣੀ ਜਾਨ ਹੈ ਥਾਰ ਚਲਾਉਣਾ ਸ਼ੌਂਕ ਹੈ ਹਾਂਜੀ ਥਾਰ ਬੁਲਟ ਇਹ ਚੀਜ਼ਾਂ ਮੇਰੇ ਸ਼ੌਂਕ ਨੇ ਬੁਲਟ ਵੀ ਚਲਾ ਲੈਣੇ ਹਾਂਜੀ ਨਾਮ ਦੇ ਨਾਲ ਸ਼ੌਂਕ ਜਿਹੜੇ ਆ ਉਹ ਬਿਲਕੁਲ ਸੂਟ ਵੀ ਕਰਦੇ ਆ ਮੈਨੂੰ ਲੱਗਦਾ ਅਤੇ ਮੈਮ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬੜਾ ਵਧੀਆ ਤੁਸੀਂ ਕਰ ਰਹੇ ਹੋ ਕੰਮ ਤਾਂ ਅਸੀਂ ਚਾਹਵਾਂਗੇ ਕਿ ਤੁਸੀਂ ਜਦੋਂ ਅਗਲੀ ਵਾਰੀ ਤੁਹਾਨੂੰ ਮਿਲੀਏ ਇਸੇ ਤਰੀਕੇ ਦਾ ਤੁਸੀਂ 3-4 ਮੰਜ਼ਿਲਾ ਸ਼ੋਅਰੂਮ ਜਿਹੜਾ ਹੋਰ ਮੌਲ ਜਿਹੜਾ ਬਣਾਓ ਤਾਂ ਇਹ ਸਾਊਦੀ ਸਿੰਘ ਨੇ ਬੜੀ ਵਧੀਆ ਕਹਾਣੀ ਹੈ ਹਾਲਾਂਕਿ ਇਹ ਕੈਨੇਡਾ ਦੇ ਸਿਟੀਜ਼ਨ ਨੇ ਪਰ ਇਹ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦਾ ਇੱਥੋਂ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਵੇਂ ਸਟਾਰਟਿੰਗ 'ਚ ਹੀ ਮੈਂ ਆਖਿਆ ਸੀ ਜੇ ਅਸੀਂ ਆਪਣੇ ਅੰਦਰੋਂ ਮੈਂ ਖਤਮ ਕਰ ਦਿਆਂਗੇ ਤਾਂ ਥੋੜ੍ਹਾ ਜਿਹਾ ਜੀਣਾ ਸਾਡੇ ਲਈ ਸੌਖਾ ਹੋ ਜਾਂਦਾ ਹਾਲਾਂਕਿ ਸੁੱਖ ਸਹੂਲਤ ਇਹਨਾਂ ਦੇ ਕੋਲ ਸਾਰੀ ਹੈ ਥਾਰ ਚਲਾਉਂਦੇ ਨੇ ਸ਼ੌਂਕ ਬੜੇ ਵਧੀਆ ਨੇ ਇਹਨਾਂ ਦੇ ਪਰ ਬੱਚੇ ਇਹਨਾਂ ਦੇ ਕੈਨੇਡਾ ਦੇ ਵਿੱਚ ਸਿਟੀਜ਼ਨ ਨੇ ਉੱਥੇ ਪੜ੍ਹਦੇ ਨੇ ਉੱਥੇ ਸਭ ਕੁਝ ਸੈਟਲ ਹੈ ਸਾਰਾ ਕੁਛ ਪਰ ਇਹ ਆਪਣਾ ਜੀਵਨ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਲਈ ਇੱਥੇ ਦੇ ਲੋੜਵੰਦ ਲੋਕ ਨੇ ਜਿਹੜੇ ਉਹਨਾਂ ਦੇ ਲੇਖੇ ਇਹਨਾਂ ਨੇ ਲਾਇਆ ਹੋਇਆ ਅਤੇ ਅੱਗੇ ਵੀ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਹੋਰ ਵਧੀਆ ਕੰਮ ਕਰਕੇ ਲੋਕਾਂ ਦੇ ਲਈ ਲੋਕਾਂ ਦੇ ਖਾਤਰ ਹੀ ਕਰਕੇ ਦਿਖਾਵਾਂਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਫਗਵਾੜਾ